ਅੱਜ 23 ਮਾਰਚ ਜਿੱਥੇ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਦਾ ਦਿਨ ਹੈ, ਜਿਨ੍ਹਾਂ ਨੇ ਆਪਣੇ ਦੇਸ਼ ਲਈ, ਆਪਣੇ ਲੋਕਾਂ ਲਈ ਆਪਣੀ ਸ਼ਹਾਦਤ ਦਿੱਤੀ। ਆਪਣੇ ਆਪ ਦੀ ਨਹੀਂ ਸੋਚਿਆ, ਉਹਨਾਂ ਨੇ ਇਹੀ ਕਿਹਾ ਕਿ ਮੈਂ ਕੋਈ ਅਪੀਲ ਨਹੀਂ ਕਰਨੀ, ਮੈਨੂੰ ਪਤਾ ਹੈ ਮਰ ਕੇ ਹੀ ਮੇਰਾ ਦੇਸ਼ ਆਜ਼ਾਦ ਹੋਏਗਾ, ਜੇ ਮੈਂ ਜਾਵਾਂਗਾ ਤਾਂ ਹੀ ਮੇਰੇ ਦੇਸ਼ ਨੂੰ ਆਜ਼ਾਦੀ ਮਿਲੇਗੀ। ਅਤੇ ਮਿਲੀ, ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਅਤੇ ਆਜ਼ਾਦੀ ਪਾਈ। ਅੱਜ ਫਿਰ ਸਾਨੂੰ ਇਕੱਠੇ ਹੋਣ ਦੀ ਲੋੜ ਹੈ। ਸਾਨੂੰ ਫਿਰ ਇੱਕ ਸਾਡੇ 'ਤੇ ਮਹਾਂਮਾਰੀ ਆਈ ਹੈ ਕਰੋਨਾ ਦੀ, ਉਹਦੇ ਨਾਲ ਨਿਬੜਨ ਦੀ ਲੋੜ ਹੈ। ਪਟਿਆਲੇ ਦੇ ਵਿੱਚ SSP ਅਤੇ DC ਸਾਹਿਬ ਆਪ ਸੜਕ 'ਤੇ ਉੱਤਰ ਆਏ ਹਨ, ਉਹਨਾਂ ਦੇ ਨਾਲ ਪੁਲਿਸ ਵਾਲੇ ਵੀ ਉੱਤਰ ਆਏ ਹਨ। ਉਹਨਾਂ ਨੇ ਆਪਣੇ ਆਪ ਦੀ ਵੀ ਪਰਵਾਹ ਨਹੀਂ ਕੀਤੀ, ਆਪਣੇ ਅਹੁਦੇ ਦੀ ਪਰਵਾਹ ਨਹੀਂ ਕੀਤੀ। ਆ ਕੇ ਉਹਨਾਂ ਨੇ ਸਾਰੇ ਲੋਕਾਂ ਨੂੰ ਸਮਝਾਇਆ ਕਿ ਆਪੋ ਆਪਣੇ ਘਰਾਂ ਵਿੱਚ ਰਹੋ, ਕਿਉਂਕਿ ਇਹੀ ਇੱਕ ਸੇਫਟੀ ਹੈ, ਇਸ ਤੋਂ ਬਾਅਦ ਹੋਰ ਕੋਈ ਸੇਫਟੀ ਨਹੀਂ ਹੈ। ਅਸੀਂ ਪਲਨ TV ਵੱਲੋਂ DC ਸਾਹਿਬ ਦਾ, SSP ਸਾਹਿਬ ਦਾ ਅਤੇ ਹੋਰ ਸਾਰੇ ਪੁਲਿਸ ਵਾਲਿਆਂ ਦਾ ਅਤੇ ਡਾਕਟਰਸ ਦਾ, ਨਰਸਿਸ ਦਾ ਬਹੁਤ ਬਹੁਤ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਇਸ ਮੁਸੀਬਤ ਦੀ ਕੜੀ ਨੂੰ ਆਪਣੇ ਆਪ ਨੂੰ ਅੰਦਰ ਬੰਦ ਨਹੀਂ ਕੀਤਾ, ਸਗੋਂ ਬਾਹਰ ਆ ਕੇ ਲੋਕਾਂ ਵਿੱਚ ਵਿਚਰੇ ਆ, ਆਪ ਸੇਵਾ ਕਰ ਰਹੇ ਹਾਂ। ਪਰ ਇੱਕ ਗੱਲ ਪ੍ਰਸ਼ਾਸਨ ਨੂੰ ਸੋਚਣ ਦੀ ਜ਼ਰੂਰ ਲੋੜ ਹੈ, ਜਿਹੜੀ ਕਿ ਅਸੀਂ ਮੰਗ ਕਰਦੇ ਹਾਂ, ਜਿਹੜੇ ਦਿਹਾੜੀ 'ਤੇ ਰੋਜ਼ ਜਾਂਦੇ ਹਨ, ਉਹਨਾਂ ਦਾ ਕੀ ਬਣੇਗਾ? ਰੇਹੜੀਆਂ ਵਾਲੇ, ਕੋਈ ਵੀ ਛੋਟੀ ਮੋਟੀ ਜਿਹੜੇ ਹਰ ਰੋਜ਼ ਦਾ ਗੁਜ਼ਾਰਾ ਕਰਦੇ ਹਨ, ਉਹਨਾਂ ਦਾ ਕੀ ਬਣੇਗਾ? ਉਹਨਾਂ ਲਈ ਵੀ ਕੁਛ ਸੋਚਣਾ ਚਾਹੀਦਾ ਹੈ ਸਾਡੇ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ, ਤਾਂ ਕਿ ਉਹ ਵਿਚਾਰੇ ਵੀ ਰੋਟੀ ਖਾ ਸਕਣ। ਇਸੇ ਤਰ੍ਹਾਂ ਹੀ ਉਹ ਕਿਸੇ ਵੇਲੇ ਜਨਤਾ ਦੀ ਡਿਊਟੀ ਲਾ ਸਕਦੇ ਹਨ, ਵੀ ਜੇ ਕੋਈ ਇੱਕ ਇੱਕ ਘਰ ਇੱਕ ਇੱਕ ਦੀ ਵੀ ਸੇਵਾ ਕਰ ਲਵੇ, ਰੋਟੀ ਪਹੁੰਚਾ ਦੇਵੇ, ਉਸ ਵੇਲੇ ਕੋਈ ਜਦੋਂ ਉਹਨਾਂ ਨੂੰ ਲੱਗੇ ਵੀ ਟਾਈਮ ਠੀਕ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਘਰ ਇੱਦਾਂ ਦਾ ਹੋਏਗਾ ਜਿਹੜੇ ਕੋਲ ਇੱਕ ਹੋਰ ਘਰ ਲਈ ਰੋਟੀ ਨਹੀਂ ਹੋਏ। ਸੋ ਇਹ ਬੜੀ ਸੋਚਣ ਵਿਚਾਰ ਦੀ ਗੱਲ ਹੈ, ਜੇ ਹੋ ਸਕੇ ਤੇ ਇਸ ਵੱਲ ਜ਼ਰੂਰ ਸੋਚਿਓ। ਗੁਰਦੁਆਰੇ ਵੀ ਜਾ ਸਕਦੇ ਹਨ, ਮੰਦਰ ਵੀ ਜਾ ਸਕਦੇ ਹਨ, ਇਸੇ ਤਰ੍ਹਾਂ ਵੀ ਉਹਨਾਂ ਦਾ ਖਿਆਲ ਜ਼ਰੂਰ ਰੱਖਿਆ ਜਾਵੇ। ਰੇਹੜੀਆਂ ਵਾਲੇ ਕਿੱਦਾਂ ਆਪਣੇ ਆਪਣੇ ਘਰਾਂ ਨੂੰ ਰੇਹੜੀਆਂ ਲੈ ਕੇ ਜਾ ਰਹੇ ਹਨ, ਉਹ ਇੰਨੇ ਫਰੂਟ ਦਾ ਕੀ ਕਰਨਗੇ? ਖਰਾਬ ਹੋਏਗਾ, ਉਹਨਾਂ ਦਾ ਨੁਕਸਾਨ ਹੋਏਗਾ। ਸੋ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ, ਇਸ ਬਾਰੇ ਵੀ ਕੁਛ ਸੋਚੇ। ਬਹੁਤ ਬਹੁਤ ਧੰਨਵਾਦ। ਐਲਾਨ ਕਰਾਂਗੇ, ਨਹੀਂ ਤਾਂ ਵਹੀਕਲ ਬੰਦ ਕਰਾਂਗੇ, ਕਿਉਂਕਿ ਕੋਈ ਤਮਾਸ਼ਾ ਨਹੀਂ ਗਾ, ਇਹ ਕੰਟਰੀ ਕ੍ਰਾਈਸਿਸ ਦੇ ਵਿੱਚ ਹੈ। ਗੱਲ ਸਮਝਣ ਦੀ ਲੋੜ ਹੈ, ਲੋਕਾਂ ਨੂੰ ਸਮਝ ਨਹੀਂ ਆ ਰਹੀ ਉਹਨਾਂ ਲਈ ਤਮਾਸ਼ਾ ਜਾਂ ਪਿਕਨਿਕ ਹੈ, ਪਿਕਨਿਕ ਜਾਂ ਤਮਾਸ਼ਾ ਨਹੀਂ ਗਾ। ਬਿਊਰੋ ਰਿਪੋਰਟ, ਪਲਨ TV।